ਸਸਟਿਕਲ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸ਼ਾਹਿਦ ਸ਼ਬੀਰ ਔਰ ਤੁਸੀਂ ਦੇਖ ਰਹੇ ਹੋ ਸ਼ਾਹਿਦ ਸ਼ਬੀਰ ਆਫੀਸ਼ੀਅਲ। ਅਸੀਂ ਅੱਜ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਬਾਲ ਲੀਲਾ ਗੁਰਦੁਆਰਾ ਸਾਹਿਬ। ਬਾਲ ਲੀਲਾ ਜਿਹੜਾ ਇਹ ਤਕਰੀਬਨ ਕੋਈ 2 ਸਾਲ ਹੋਏ ਨੇ, ਇਹਦੀ ਕਾਰ ਸੇਵਾ ਸ਼ੁਰੂ ਹੋਈ ਸੀ ਔਰ ਕਾਰ ਸੇਵਾ ਹੋ ਕੇ ਗੁਰਦੁਆਰਾ ਸਾਹਿਬ ਦੁਬਾਰਾ ਤੋਂ ਰੀਬਿਲਟ ਹੋ ਗਿਆ, ਕਿਉਂਕਿ ਇਹਦਾ ਗੁੰਬਦ ਦੇ ਵਿੱਚ ਤਕਰੀਬਨ 1.5 ਗਜ਼ ਦੇ ਪੈ ਗਏ ਸਨ, ਗੈਪ ਪੈ ਗਏ ਸਨ, ਜਿਹਦੀ ਵਜ੍ਹਾ ਨਾਲ ਇਹਦੀ ਕਾਰ ਸੇਵਾ ਦਾ ਫੈਸਲਾ ਕੀਤਾ ਗਿਆ ਸੀ। ਔਰ ਜਗਤ ਸੰਗਤ ਦੇ ਨੋਟਿਸ ਦੇ ਵਿੱਚ ਇਹ ਸਾਰੀਆਂ ਗੱਲਾਂ ਪਤਾ ਵੀ ਹਨ। ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਕਿ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬਚਪਨ ਦੇ ਵਿੱਚ ਬਾਬਾ ਗੁਰੂ ਨਾਨਕ ਸਾਹਿਬ ਜਿਨ੍ਹਾਂ ਜਗ੍ਹਾ ਦੇ ਉੱਤੇ ਖੇਡੇ ਸਨ ਆਪਣੇ ਦੋਸਤਾਂ ਦੇ ਨਾਲ, ਆਪਣੇ ਬੇਲੀਆਂ ਦੇ ਨਾਲ, ਜਿਨ੍ਹਾਂ ਨਾਲ ਸੰਗਤ ਕੀਤੀ ਸੀ ਬੱਚਿਆਂ ਦੇ ਨਾਲ, ਉਸ ਜਗ੍ਹਾ ਦੇ ਉੱਤੇ ਅਸੀਂ ਪਹੁੰਚੇ ਹਾਂ ਜਿਹਨੂੰ ਕਿ ਗੁਰਦੁਆਰਾ ਸ੍ਰੀ ਬਾਲ ਲੀਲਾ ਕਿਹਾ ਜਾਂਦਾ। ਆ ਪਿੱਛੇ ਅੱਛੀ ਬਿਲਡਿੰਗ ਜਿਹੜੀ ਹੈ ਉਹ ਸਵਾਰੀ ਗਈ ਹੈ ਔਰ ਬਹੁਤ ਹੀ ਵਧੀਆ ਬਿਲਡਿੰਗ ਜਿਹੜੀ ਹੈ ਉਹ ਖੜ੍ਹੀ ਕੀਤੀ ਗਈ ਹੈ ਗੁਰਦੁਆਰਾ ਸਾਹਿਬ ਦੀ। ਦੇਖ ਕੇ ਰੂਹ ਤਾਜ਼ਾ ਹੁੰਦਾ ਜੀ। ਇੱਕ ਵਾਹਿਦ ਗੁਰਦੁਆਰਾ ਕਹਾਂਗਾ ਕਿ ਜਿਹੜਾ ਬਹੁਤ ਵੱਡਾ ਕਰਕੇ, ਬਹੁਤ ਉੱਚਾ ਕਰਕੇ ਜਿਹੜਾ ਸੰਵਾਰ ਕੇ ਕੀਤਾ ਗਿਆ, ਠੀਕ ਹੈ ਜੀ। ਹਾਂਜੀ ਜੀ, ਦਰਸ਼ਨ ਕਰੋ ਜੀ, ਅਸੀਂ ਨਾਲ ਦੀ ਨਾਲ ਪਲੀਜ਼ ਇਹਨੂੰ ਸ਼ੇਅਰ ਕਰਦੇ ਚੱਲੋ। ਔਰ ਥੋੜ੍ਹੀ ਜਿਹੀ ਰਿਕੁਐਸਟ ਵੀ ਹੈ ਜੀ ਕਿ ਮੇਰੇ ਫੇਸਬੁੱਕ ਅਕਾਊਂਟ ਨੂੰ ਫਿਰ ਤੋਂ ਛੇੜਿਆ ਜਾ ਰਿਹਾ ਔਰ ਡਿਊ ਟੂ ਹੈਵੀ ਟ੍ਰੈਫਿਕ ਕਈ ਵਾਰੀ ਉਹ ਮੰਗੀ ਹੈ, ਕੀ ਕਹਿੰਦੇ ਨੇ, ਰੀਵੈਰੀਫਾਈ ਕਰਨ ਵਾਸਤੇ ਕਿਹਾ ਗਿਆ, ਮੋਬਾਈਲ ਨੰਬਰਸ ਵੈਰੀਫਾਈ ਕੀਤੇ ਜਾ ਰਹੇ ਨੇ ਦੁਬਾਰਾ ਤੋਂ, ਕੁਛ ਸਮਝ ਨਹੀਂ ਆ ਰਹੀ। ਲੇਕਿਨ ਪਲੀਜ਼ ਤੁਸੀਂ ਸਾਥ ਦਿੰਦੇ ਰਹਿਣਾ ਔਰ ਮੈਂ ਅੱਗੇ ਚੱਲਦਾ ਰਹਾਂਗਾ ਜੀ। ਆਹ ਦੇਖੋ ਜੀ, ਨਿਸ਼ਾਨ ਸਾਹਿਬ, ਠੀਕ ਹੈ ਜੀ। ਆਹ ਗੁਰਦੁਆਰਾ ਸਾਹਿਬ ਦੀ ਲੈਫਟ ਔਰ ਰਾਈਟ 2 ਐਂਟਰੈਂਸ ਨੇ ਜੀ। ਆ ਜਾਓ, ਅੱਗੇ ਚੱਲਦੇ ਹਾਂ। ਤੁਹਾਨੂੰ ਬੈਕ ਸਾਈਡ ਤੋਂ ਪਹਿਲੇ ਥੋੜ੍ਹਾ ਜਿਹਾ ਸਰੋਵਰ ਦਾ ਇਤਿਹਾਸਿਕ ਸਰੋਵਰ, ਜਿਹੜਾ ਜਦੋਂ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੀ ਤਾਂ ਉਸ ਵੇਲੇ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਬੀੜ ਸੀ ਇੱਥੇ ਪਈ ਹੋਈ ਗੁਰੂ ਮਹਾਰਾਜ ਦੀ, ਉਹ ਇਸ ਜਗ੍ਹਾ ਦੇ ਉੱਤੇ ਰੱਖੀ ਗਈ ਸੀ, ਠੀਕ ਹੈ ਜੀ। ਇਹ ਉਹ ਸੇਵਾ ਦੇ ਦੌਰਾਨ ਜਦੋਂ ਸੰਗਤਾਂ ਮੱਥਾ ਟੇਕਦੀਆਂ ਸਨ ਅਤੇ ਇਸ ਜਗ੍ਹਾ ਦੇ ਉੱਤੇ ਗੁਰੂ ਮਹਾਰਾਜ ਦੀ ਬੀੜ ਰੱਖੀ ਹੋਈ ਸੀ। ਆਹ ਪਿੱਛੇ ਜੀ ਵੱਡਾ ਸਰੋਵਰ ਹੈ, ਕਿਉਂਕਿ ਗੁਰਦੁਆਰਾ ਜਨਮ ਅਸਥਾਨ ਤੋਂ ਸਿਰਫ ਕਹਿ ਲਓ ਤੁਸੀਂ ਕਿ 20 ਮੀਟਰ ਦੇ ਫਾਸਲੇ ਦੇ ਉੱਤੇ ਹੀ ਇਹ ਦੂਜਾ ਗੁਰਦੁਆਰਾ ਸਾਹਿਬ ਹੈ, ਲਿਹਾਜ਼ਾ ਇਹਦੀ ਸੇਵਾ ਨਹੀਂ ਕੀਤੀ ਗਈ, ਇਹਦੇ 'ਚ ਜਲ ਨਹੀਂ ਭਰਿਆ ਜਾਂਦਾ ਇਸ ਵਾਸਤੇ, ਕਿਉਂਕਿ ਆਲਰੇਡੀ ਇੱਕ ਜਿਹੜਾ ਮੌਜੂਦ ਔਰ ਜਿੰਨੀ ਵੱਡੀ ਸੰਗਤ ਹੈ ਇੱਥੇ ਅਤੇ ਉੱਥੇ ਉਹ ਸਰੋਵਰ ਆਲਰੇਡੀ ਫਿੱਲ ਹੈ। ਜਗ੍ਹਾ ਚੰਗੀ ਵੱਡੀ ਹੈ ਜੀ, ਹਲੇ ਸਾਰਾ ਕੰਮ ਹੋ ਰਿਹਾ ਜੀ। ਤੁਸੀਂ ਆਪ ਜੀ ਮਿੱਟੀ ਦੀਆਂ ਢੇਰੀਆਂ ਵੀ ਦੇਖ ਰਹੇ ਹੋ ਅਤੇ ਹੋ ਸਕਦਾ ਕਿ ਵੀ ਇਹਨੂੰ ਹਲੇ ਮਜ਼ੀਦ ਸੇਵਾ ਦੀ ਜਿਹੜੀ ਹੈ ਲੋੜ ਹੈ ਇਹਨੂੰ ਹਲੇ ਹੁਣ, ਕਿਉਂਕਿ ਗੁਰਦੁਆਰਾ ਸਾਹਿਬ ਮੁਕੰਮਲ ਹੋ ਗਿਆ ਅਤੇ ਹੁਣ ਸਰੋਵਰ ਸਾਹਿਬ ਦੀ ਜਿਹੜੀ ਸੇਵਾ, ਬਹੁਤ ਵੱਡਾ ਸਰੋਵਰ ਹੈ ਜੀ। ਤੁਸੀਂ ਦੇਖ ਲਓ ਕਿੱਥੇ ਤੱਕ ਆ ਬਾਉਂਡਰੀ ਹੈ ਜੀ। ਚੱਲਦੇ ਹਾਂ ਜੀ ਅੱਗੇ, ਅਸੀਂ ਤੁਹਾਨੂੰ ਦਿਖਾਉਂਦੇ ਹਾਂ ਔਰ ਸਾਡੇ ਵੀਰ ਜਿਹੜੇ ਹੈ ਹਾਂਜੀ ਭਾਅ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ। ਅਤੇ ਅੱਜ ਅਸੀਂ ਗੁਰਦੁਆਰਾ ਬਾਲ ਲੀਲਾ ਸਾਹਿਬ ਆਏ ਹਾਂ, ਭਾਈ ਸਾਹਿਬ ਨੇ ਸਾਰਾ ਇਤਿਹਾਸ ਦੱਸ ਹੀ ਦਿੱਤਾ ਹੋਣਾ ਵਾ। ਅਤੇ ਸਾਡੇ ਨਾਲ ਹੈਗੇ ਆ ਭਾਈ ਜਨਮ ਸਿੰਘ ਜੀ ਅਤੇ ਭਾਈ ਅੰਮ੍ਰਿਤ ਸਿੰਘ ਜੀ, ਹਾਂਜੀ। ਅਤੇ ਅਸੀਂ ਜ਼ਰੂਰ, ਮੈਂ ਚਾਹੁੰਦਾ ਵਾਂ ਕਿ ਭਾਈ ਜਨਮ ਸਿੰਘ ਜੀ ਜਿਹੜੇ ਇੱਥੋਂ ਦਾ ਇਤਿਹਾਸ ਦੱਸਣ, ਸਰੋਵਰ ਮੈਨੂੰ ਲੱਗਦਾ ਦਿਖਾ ਲਿਆਏ ਹਾਂ ਤੁਸੀਂ ਸੰਗਤ ਨੂੰ ਇਹ ਸਰੋਵਰ। ਹਾਂਜੀ, ਕਹਿੰਦੇ ਵੀ ਸਿੱਖ ਧਰਮ ਦਾ ਪਹਿਲਾ ਸਰੋਵਰ ਜਿਹੜਾ ਭਾਈ ਰਾਏ ਬੁਲਾਰ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਣਾਇਆ ਸੀ ਪਹਿਲਾਂ, ਜਿਹੜਾ ਉਹਨਾਂ ਦੇ, ਕਿਉਂਕਿ ਰਾਏ ਬੁਲਾਰ ਜੀ ਤਾਂ ਚੜ੍ਹਾਈ ਕਰ ਗਏ ਸੀ ਮਹਾਰਾਜ ਤੋਂ ਪਹਿਲਾਂ ਜੋਤੀ ਜੋਤ ਸਮਾਉਣ ਤੋਂ, ਅਤੇ ਇਹਦਾ ਮਤਲਬ ਮਹਾਰਾਜ ਦੇ ਮਤਲਬ ਇੱਥੇ ਰਹਿੰਦੇ ਹੀ ਬਣ ਗਿਆ ਹੈ। ਅੱਛਾ ਜੀ, ਆਪ ਜੀ ਜ਼ਰੂਰ ਸੰਗਤ ਨੂੰ ਇੱਥੋਂ ਦਾ ਇਤਿਹਾਸ ਦੱਸੋ ਜਿਹੜੀਆਂ ਗੱਲਾਂ ਸਾਨੂੰ ਨਹੀਂ ਪਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਸਥਾਨ ਦੇ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ ਇਸ ਨੂੰ ਸਿੱਖ ਇਤਿਹਾਸ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬਚਪਨ ਦੀਆਂ ਯਾਦਾਂ ਦੇ ਵਿੱਚ ਗੁਰਦੁਆਰਾ ਸ੍ਰੀ ਬਾਲ ਲੀਲਾ ਸਾਹਿਬ ਦੇ ਨਾਮ 'ਤੇ ਯਾਦ ਕੀਤਾ ਜਾਂਦਾ। ਲੋਕ ਕਹਿੰਦੇ ਨੇ ਕਿ ਬਚਪਨ ਨਦਾਨ ਹੁੰਦਾ ਹੈ, ਬਚਪਨ ਅਣਜਾਣ ਹੁੰਦਾ ਹੈ ਅਤੇ ਬਚਪਨ ਹੀ ਭਗਵਾਨ ਹੁੰਦਾ। ਅਤੇ ਮਹਾਰਾਜ ਜੀ ਦੇ ਇਹੋ ਜਿਹੇ ਕੌਤਕ ਸਨ, ਹਰ ਬਾਲ ਅਵਸਥਾ ਵਿੱਚ ਮਾਂ ਦੇ ਅੰਦਰ ਇੱਕ ਚਾਅ ਪੈਦਾ ਹੁੰਦਾ ਹੈ, ਮਾਂ ਚਾਹੁੰਦੀ ਹੈ ਕਿ ਮੇਰਾ ਬੱਚਾ ਪਹਿਲਾਂ ਬੋਲਣਾ ਸ਼ੁਰੂ ਕਰੇ ਤੋਤਲੀ ਜ਼ਬਾਨ 'ਚ, ਫਿਰ ਉਹ ਰਿੜਨਾ ਸ਼ੁਰੂ ਕਰੇ, ਫਿਰ ਮੇਰਾ ਬੱਚਾ ਤੁਰਨਾ ਸ਼ੁਰੂ ਕਰੇ। ਅਤੇ ਮਹਾਰਾਜ ਜੀ ਜਨਮ ਸਥਾਨ ਤੋਂ
ਆਪ ਜੀ ਨੇ ਜਦੋਂ ਆਪਣੇ ਕਦਮ ਇਸ ਪਾਵਨ ਧਰਤੀ ਨੂੰ ਪਵਿੱਤਰ ਕਰਨ ਲਈ ਜਨਮ ਸਥਾਨ ਤੋਂ ਚੁੱਕਣੇ ਸ਼ੁਰੂ ਕੀਤੇ ਅਤੇ ਆਪ ਜੀ ਇਸ ਜਗ੍ਹਾ 'ਤੇ ਆ ਕੇ ਇੱਥੇ ਵਣ ਦੇ ਦਰੱਖਤਾਂ ਥੱਲੇ ਬੈਠ ਜਾਂਦੇ ਸਨ। ਇੱਥੇ ਵਣ ਦੇ ਦਰੱਖਤਾਂ ਥੱਲੇ ਇਸ ਰਾਏ ਭੋਜ ਦੀ ਤਲਵੰਡੀ ਦੇ ਬੱਚੇ ਆਪਣਾ ਮਾਲ ਡੰਗਰ ਚਾਰਨ ਲਈ ਆਇਆ ਕਰਦੇ ਸਨ ਅਤੇ ਜਦੋਂ ਮਹਾਰਾਜ ਜੀ ਨੇ ਇੱਥੇ ਆਉਣਾ ਸ਼ੁਰੂ ਕੀਤਾ ਅਤੇ ਉਹ ਬਾਲ ਜਿਹੜੇ ਪਹਿਲਾਂ ਡੰਗਰਾਂ ਨੂੰ ਚਾਰਨ ਦੇ ਨਾਲ ਨਾਲ ਹੋਰ ਖੇਡਾਂ ਵਿੱਚ ਖੇਡਦੇ ਰਹਿੰਦੇ ਸਨ, ਮਹਾਰਾਜ ਜੀ ਨੇ ਸਾਰਿਆਂ ਨੂੰ ਆਪਣੇ ਕੋਲ ਬਿਠਾ ਕੇ ਅਤੇ ਉਹਨਾਂ ਨੂੰ ਸਤ ਕਰਤਾਰ ਦਾ ਪਰਮੇਸ਼ੁਰ ਦੇ ਨਾਲ ਜੁੜਨ ਦੀ ਯੁਗਤ ਸਮਝਾਉਣੀ ਸ਼ੁਰੂ ਕੀਤੀ। ਪਹਿਲਾਂ ਉਹ ਬੱਚੇ ਜਦੋਂ ਆਪਣੇ ਘਰ ਜਾਂਦੇ ਸਨ ਅਤੇ ਜੇ ਮਾਪੇ ਉਹਨਾਂ ਨੂੰ ਕਿਸੇ ਗੱਲ ਤੋਂ ਝਿੜਕਦੇ ਸਨ ਨਾ ਕਿ ਵੀ ਤੁਸੀਂ ਲੇਟ ਆਏ ਹੋ, ਡੰਗਰਾਂ ਨੂੰ ਪੱਠਣ ਪਾਉਣ ਦਾ ਟਾਈਮ ਸੀ ਅਤੇ ਟਾਈਮ 'ਤੇ ਕਿਉਂ ਨਹੀਂ ਪਹੁੰਚੀ ਜਾਂ ਕੋਈ ਹੋਰ ਗੱਲ ਕਰਦੇ ਸਨ ਅਤੇ ਬੱਚੇ ਅੱਗਿਓਂ ਕਈ ਵਾਰੀ ਬੋਲ ਪੈਂਦੇ ਸਨ, ਮਾਤਾ ਪਿਤਾ ਨੂੰ ਜਵਾਬ ਦਿੰਦੇ ਸਨ ਜਿੱਦਾਂ ਅੱਜ ਸਾਡੇ ਜਵਾਕ ਜਵਾਬ ਦੇਣ ਲੱਗ ਪੈਂਦੇ ਨੇ। ਲੇਕਿਨ ਹੁਣ ਕੌਤਕ ਕੁਛ ਹੋਰ ਹੋਣੇ ਸ਼ੁਰੂ ਹੋ ਗਏ। ਬੱਚੇ ਘਰ ਜਾਂਦੇ ਨੇ, ਮਾਂ ਬੱਚੇ ਨੂੰ ਕਹਿੰਦੀ ਆ ਪੁੱਤ ਰੋਟੀ ਖਾ ਲੈ, ਉਹ ਕਹਿੰਦਾ ਨਹੀਂ ਪਹਿਲਾਂ ਮੈਂ ਨਹੀਂ ਖਾਣੀ, ਪਹਿਲਾਂ ਵੱਡੀ ਭੈਣ ਨੂੰ ਦਿਓ। ਭੈਣ ਨੂੰ ਕਹਿੰਦੇ ਤੂੰ ਪੁੱਤੀਏ ਤੂੰ ਰੋਟੀ ਖਾ ਲੈ, ਉਹ ਕਹਿੰਦੀ ਪਹਿਲਾਂ ਮੈਂ ਨਹੀਂ ਪਹਿਲਾਂ ਵੱਡੇ ਵੀਰ ਨੂੰ ਦਿਓ। ਤੂੰ ਪੁੱਤ ਰੋਟੀ ਖਾ ਲੈ ਪਹਿਲਾਂ ਛੋਟੇ ਭੈਣ ਭਰਾ ਨਹੀਂ ਖਾਂਦੇ, ਉਹ ਕਹਿੰਦਾ ਨਹੀਂ ਪਹਿਲਾਂ ਬਾਪੂ ਜੀ ਨੂੰ ਦਿਓ। ਬਾਪੂ ਜੀ ਕਹਿੰਦਾ ਨਹੀਂ ਪਹਿਲਾਂ ਮੇਰੇ ਪਿਤਾ ਜੀ ਨੂੰ, ਪਾਪ ਬੱਚਿਆਂ ਦੇ ਦਾਦਾ ਜੀ ਨੂੰ ਦਿਓ। ਮਾਵਾਂ ਸੋਚਦੀਆਂ ਸਨ ਕੀ ਗੱਲ ਹੋ ਗਈ, ਪਿਓ ਸੋਚਦੇ ਸਨ ਵੀ ਕੀ ਗੱਲ ਹੈ। ਮਾਂ ਦੇ ਮਨ 'ਚ ਹਮੇਸ਼ਾ ਹੀ ਇਹ ਚਾਅ ਰਹਿੰਦਾ ਕਿ ਮੈਂ ਬੱਚੇ ਨੂੰ ਕੁਛ ਬੋਲਾਂ, ਡਾਂਟਾਂ ਤਾਂ ਬੱਚਾ ਵੀ ਅੱਗੇ ਜ਼ਰੂਰ ਬੋਲੇ। ਲੇਕਿਨ ਹੁਣ ਉਹ ਬੱਚੇ ਬੋਲਦੇ ਨਹੀਂ, ਬਲਕਿ ਉਹਨਾਂ ਦੀਆਂ ਜਿਹੜੇ ਬੁੱਲ ਸਨ ਬੁੱਲੀਆਂ ਫੜਕਦੀਆਂ ਸਨ। ਮਾਵਾਂ ਸੋਚਦੀਆਂ ਸਨ ਕਿ ਬੱਚੇ ਜਿਹੜੇ ਨਾ ਹੁਣ ਬੁੜ ਬੁੜ ਕਰਦੇ ਨੇ, ਕਹਿੰਦੇ ਜੇ ਮਾਂ ਨੇ ਕਿਸੇ ਨੂੰ ਕਹਿਣਾ ਵੀ ਹਾਂ ਬੋਲਦਾ ਨਹੀਂ ਬੁੜ ਬੁੜ ਕਰਦਾ, ਉਹ ਫਿਰ ਵੀ ਚੁੱਪ ਰਹਿੰਦੇ, ਬੁੱਲ ਫੜਕਦੇ ਸਨ। ਹੁਣ ਕੌਤਕ ਕੀ, ਹੁਣ ਕੁਛ ਕੌਤਕ ਹੋਰ ਵਰਤਣੇ ਸ਼ੁਰੂ ਹੋ ਗਏ ਸਨ। ਹੁਣ ਉਹਨਾਂ ਬੁੱਲਾਂ ਨੂੰ ਉਸ ਰੱਬ ਦਾ ਜਿਹੜਾ ਜ਼ਿਕਰ ਹੈ ਸਿਮਰਨ ਕਰਨ ਦੀ ਜਾਂਚ ਆ ਗਈ ਸੀ, ਉਹਨਾਂ ਨੇ ਹੁਣ ਜਿਹੜੀ ਬਾਹਰੀ ਬੋਲਣੀ ਬੰਦ ਹੋ ਗਏ ਅਤੇ ਅੰਦਰ ਦਾ ਬੋਲਣਾ ਸ਼ੁਰੂ ਹੋ ਚੁੱਕਾ ਸੀ। ਅਤੇ ਫਿਰ ਉਹ ਕਹਿੰਦੇ ਸਨ ਕਿ ਤੁਸੀਂ ਹੁਣ ਬੋਲਦੇ ਕਿਉਂ ਨਹੀਂ, ਉਹ ਅਤੇ ਚੁੱਪ ਕਿਵੇਂ ਰਹਿੰਦੇ ਹੋ? ਅਤੇ ਉਹ ਕਹਿੰਦੇ ਸਨ ਅਸੀਂ ਸਾਰੀਆਂ ਬੱਲਾਂ ਜਿਹੜੀਆਂ ਗੱਲਾਂ ਨੇ ਉਹ ਨਾਨਕ ਜੀ ਕੋਲ ਸਿੱਖਦੇ ਹਾਂ। ਉਹ ਕਹਿੰਦੇ ਸਨ ਉਹ ਤਾਂ ਆਪ ਉਹਦੇ ਮਾਪਤਾ ਉਹਦੇ ਪਿਤਾ ਜੀ ਆਪ ਦੁਖੀ ਰਹਿੰਦੇ ਨੇ, ਉਹ ਤਾਂ ਸਾਨੂੰ ਕਹਿੰਦੇ ਆ ਕਿ ਮੇਰਾ ਪੁੱਤ ਜਿਹੜਾ ਘਰ ਨਹੀਂ ਬੈਠਦਾ, ਮੇਰੇ ਮਨ 'ਚ ਬੜੀ ਤੰਗ ਹੁੰਦੀ ਮੈਂ ਪੁੱਤ ਕੋਲ ਬਵਾਂ। ਅਤੇ ਫਿਰ ਉਹ ਬੱਚਿਆਂ ਦੀਆਂ ਮਾਵਾਂ ਵੀ ਮਾਤਾ ਤ੍ਰਿਪਤਾ ਜੀ ਕੋਲ ਜਾਂਦੀਆਂ ਸਨ ਔਰ ਮਾਤਾ ਤ੍ਰਿਪਤਾ ਦੇ ਜਦੋਂ ਗਰਭ ਵਿੱਚ ਮਹਾਰਾਜ ਜੀ ਦਾ ਵਾਸਾ ਹੋਇਆ ਉਹ ਗੁਰੂ ਨਾਨਕ ਜੀ ਇਸ ਕਲਯੁੱਗ ਨੂੰ ਉਤਾਰਨ ਲਈ ਜਦੋਂ ਰਾਏਪੁਰ ਦੀ ਤਲੁੰਡੀ ਆਪਣੇ ਪ੍ਰਗਟ ਹੋਣਾ ਸੀ ਅਤੇ ਮਾਤਾ ਤ੍ਰਿਪਤਾ ਜੀ ਕੋਲ ਆਉਣ ਵਾਲੀਆਂ ਜਿਹੜੀਆਂ ਸਹੇਲੀਆਂ ਸਨ ਉਹਨਾਂ ਦੇ ਅੰਦਰੋਂ ਵੀ ਮਾਤਾ ਜੀ ਦੇ ਅੰਦਰੋਂ ਵੀ ਖੁਸ਼ਬੂਆਂ ਪੈਦਾ ਹੁੰਦੀਆਂ ਸਨ। ਉਹ ਸਹੇਲੀਆਂ ਜਦੋਂ ਆ ਕੇ ਬੈਠਦੀਆਂ ਸਨ ਇੱਕ ਗੱਲ ਕਹਿੰਦੀਆਂ ਸਨ, ਤ੍ਰਿਪਤਾ ਘਰ ਬੜਾ ਕੰਮ ਪਿਆ, ਕੰਮ ਕਰਨ ਨੂੰ, ਭਾਂਡੇ ਮਾਂਜਣ ਨੂੰ ਪਏ, ਰੋਟੀਆਂ ਬਣਾਉਣ ਨੂੰ ਪਈਆਂ ਨੇ, ਲੇਕਿਨ ਹੁਣ ਪਤਾ ਨਹੀਂ ਕੀ ਹੋ ਗਿਆ ਜਦੋਂ ਤੇਰੇ ਕੋਲ ਆ ਕੇ ਬੈਠਦੀਆਂ ਨੇ ਨਾ ਤਾਂ ਸਾਡਾ ਘਰ ਵਾਪਸ ਜਾਣ ਨੂੰ ਚਿੱਤ ਨਹੀਂ ਕਰਦਾ, ਕਿਉਂਕਿ ਇੱਕ ਅਦਰਬੀ ਖੁਸ਼ਬੂ ਉਹਨਾਂ ਦੇ ਅੰਦਰ ਪੈਦਾ ਹੋ ਚੁੱਕੀ ਸੀ। ਅਤੇ ਉਹਨਾਂ ਨੇ ਆ ਕੇ ਮਾਤਾ ਤ੍ਰਿਪਤਾ ਨੂੰ ਕਹਿਣਾ ਕਿ ਦੇਖ ਤੇਰੇ ਸਾਡੇ ਬੱਚੇ ਜਿਹੜੇ ਨੇ ਨਾ ਤੇਰੇ ਪੁੱਤਰ ਕੋਲ ਉੱਥੇ ਬੈਠਦੇ ਰਹਿੰਦੇ ਨੇ ਅਤੇ ਆਪਣੇ ਪੁੱਤ ਨੂੰ ਥੋੜ੍ਹਾ ਸਮਝਾ ਕਿ ਵਣਾਂ ਦੇ ਦਰੱਖਤਾਂ ਥੱਲੇ ਨਹੀਂ ਬੈਠੀਦਾ ਦੁਪਹਿਰੇ ਜਾ ਕੇ, ਉੱਥੇ ਓਪਰੇਸ ਆਏ ਹੁੰਦੇ ਨੇ, ਕੋਈ ਉਹ ਭੂਤ ਪ੍ਰੇਤ ਹੁੰਦੇ ਨੇ, ਉਹਨੂੰ ਵੀ ਚਿੰਬੜ ਜਾਣਗੇ, ਤੇਰਾ 5 ਸਾਲਾਂ ਬਾਅਦ ਦਾ ਪੁੱਤਰ ਹੋਇਆ ਅਤੇ ਸਾਡੇ ਪੁੱਤਰਾਂ ਨੂੰ ਵੀ ਨੁਕਸਾਨ ਕਰਾਏਗਾ। ਅਤੇ ਮਾਤਾ ਜੀ ਨੇ ਫਿਰ ਬੈਠ ਕੇ ਸਮਝਾਉਣਾ, ਬੇਟਾ ਜੀ ਉੱਧਰ ਨਾ ਤੁਸੀਂ ਜਾਇਆ ਕਰੋ ਵਣ ਦੇ ਦਰੱਖਤਾਂ ਵਾਲੀ ਸਾਈਡ ਦੇ ਉੱਤੇ। ਮਹਾਰਾਜ ਜੀ ਨੇ ਕਦੀ ਵੀ ਮੂੰਹ ਤੋਂ ਕੋਈ ਬੋਲ ਨਾ ਬੋਲਣੇ, ਸਿਰ ਨੀਵਾਂ ਕਰਕੇ ਝੁਕਾ ਕੇ ਰੱਖਣਾ ਜਿਵੇਂ ਮਾਤਾ ਦੇ। ਅਸੀਂ ਉੱਤੇ ਚੱਲਦੇ ਹਾਂ ਨਾਲ ਦੀ ਨਾਲ, ਤੁਸੀਂ ਇਤਿਹਾਸ ਸਾਂਝਾ ਕਰੋ। ਮੈਂ ਇਸੇ ਲਈ ਕਹਿੰਦਾ ਸਾਂ ਕਿ ਮੇਰੇ ਅੱਖਰ ਥੋੜੇ ਨੇ ਅਤੇ ਵੀਰ ਜੀ ਦੇ ਨਾਲ ਅਸੀਂ ਸਾਂਝ ਬੰਦੇ ਚੱਲਦੇ ਹਾਂ, ਚਰਨ ਧੋਣ ਕਰਕੇ ਅਸੀਂ ਅਤੇ ਅਸੀਂ ਉੱਤੇ ਚੱਲਦੇ ਹਾਂ ਔਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਹਾਂ ਜੀ। ਔਰ ਨਾਲ ਹੀ ਨਾਲ ਭਾਈ ਸਾਹਿਬ ਤੁਸੀਂ ਆਪਣਾ ਜਿਹੜਾ ਜੀ, ਅਤੇ ਮੈਂ ਆਪ ਜੀ ਨਾਲ ਵਿਚਾਰ ਸਾਂਝੇ ਕਰ ਰਿਹਾ ਸਾਂ ਕਿ ਫਿਰ ਉਹ ਜਿਹੜੀਆਂ ਮਾਵਾਂ ਸਨ ਜਦੋਂ ਮਾਤਾ ਜੀ ਨੂੰ ਕਹਿਣਾ ਅਤੇ ਮਾਤਾ ਜੀ ਨੇ ਫਿਰ ਜਦੋਂ ਨਾਨਕ ਜੀ ਨੂੰ ਸਮਝਾਉਣਾ ਅਤੇ ਮਹਾਰਾਜ ਨੇ ਬਿਲਕੁਲ ਚੁੱਪ ਰਹਿਣਾ, ਬੋਲਣਾ ਨਾ। ਲੇਕਿਨ 2-4 ਦਿਨਾਂ ਬਾਅਦ ਫਿਰ ਕੀ ਦੇਖਣਾ, ਫਿਰ ਦੇਖਣਾ ਕਿ ਨਾਨਕ ਜੀ ਫਿਰ ਇੱਥੇ ਆ ਗਏ ਨੇ, ਫਿਰ ਕਿਸੇ ਨੇ ਕਹਿਣਾ ਵੀ ਅੱਜ ਤੇਰਾ ਪੁੱਤ ਫਿਰ ਉੱਥੇ ਗਿਆ ਹੋਇਆ ਸੀ। ਅਤੇ ਫਿਰ ਮਹਾਰਾਜ ਜੀ ਨੇ ਨੂੰ ਜਿਹੜੇ ਸਨ ਮਾਤਾ ਜੀ ਨੇ ਜਦੋਂ ਸਮਝਾਉਣਾ ਅਤੇ ਉਹਨਾਂ ਔਰਤਾਂ ਨੇ ਕਹਿਣਾ ਕਿ ਬੱਚੇ ਜਿਹੜੇ ਨੇ ਨਾ ਖਾਣ ਪੀਣ ਦੇ ਬੜੇ ਸ਼ੌਕੀਨ ਹੁੰਦੇ ਘਰ, ਅਤੇ ਤੂੰ ਇਸ ਤਰ੍ਹਾਂ ਕਰਿਆ ਕਰ ਕਿ ਜਦੋਂ ਨਾ ਵਧੀਆ ਚੀਜ਼ਾਂ ਬਣਾ ਲਿਆ ਕਰ ਖਾਣ ਲਈ ਨਾਨਕ ਜੀ ਦੇ ਲਈ, ਅਤੇ ਜਦੋਂ ਵਧੀਆ ਚੀਜ਼ਾਂ ਬਣਾ ਕੇ ਖਾਉਂਗੇ ਅਤੇ ਫਿਰ ਉਹ ਕਿਸੇ ਹੋਰ ਪਾਸੇ ਨਹੀਂ ਜਾਣਗੇ। ਮਾਤਾ ਜੀ ਨੇ ਫਿਰ ਕਈ ਤਰ੍ਹਾਂ ਦੇ ਪਕਵਾਨ ਬਣਾਉਣੇ ਅਤੇ ਬਿਠਾਉਣਾ ਅਤੇ ਕਹਿਣਾ ਨਾਨਕ ਜੀ ਅੱਜ ਤੁਹਾਡੇ ਲਈ ਪੁੱਤਾਂ 'ਚ ਮੈਂ ਦੇਖ ਕਿੰਨੀਆਂ ਵਧੀਆ ਚੀਜ਼ਾਂ ਬਣਾਈਆਂ ਨੇ, ਬੈਠ ਕੇ ਖਾ, ਮੈਂ ਹੁਣੇ ਤੇਰੇ ਲਈ ਲੱਸੀ ਲੈ ਕੇ ਆਉਂਦੀ ਹਾਂ। ਮਾਤਾ ਜੀ ਨੇ ਅੰਮ੍ਰਿਤ ਅੰਦਰ ਜਾਣਾ ਅਤੇ ਜੋ ਬਾਹਰ ਆ ਕੇ ਦੇਖਣਾ ਤਾਂ ਨਾਨਕ ਜੀ ਨਹੀਂ ਦੇਖਣੇ। ਮਾਤਾ ਨੇ ਪੁੱਛਣਾ, ਬੇਬੇ ਨਾਨਕੀ ਨੂੰ ਪੁੱਛਣਾ, ਲੱਭਦੇ ਲਭਾਉਂਦੇ ਪਤਾ ਲੱਗਣਾ ਜੀ ਉਹ
ਇਸ ਬਾਲੀਲਾ ਵਾਲੀ ਜਗ੍ਹਾ ਤੇ ਪਹੁੰਚ ਜਾਂਦੇ ਸੀ। ਲੋ ਜੀ ਗੁਰੂ ਪਿਆਰੀ ਸੰਗਤ ਜੀ, ਤੁਸੀਂ ਇਸ ਗੁਰੂ ਘਰ ਦੇ ਦਰਸ਼ਨ ਕਰੋ। ਵੀਰ ਜੀ ਨਾਲ ਹੀ ਨਾਲ ਥੋੜਾ ਜਿਹਾ ਸੇਵਾ ਦਾ ਚਾਨਣ ਪਾਓ ਤੇ ਇਤਿਹਾਸ ਬਾਰੇ ਨਾਲ ਦੀ ਨਾਲ ਫਿਰ ਗੱਲ ਕਰ ਰਹੇ ਹਾਂ, ਤਾਂ ਕਿ ਗੁਰੂ ਪਿਆਰੀ ਸੰਗਤ ਜੋ ਦਰਸ਼ਨ ਦੀਦਾਰੇ ਕਰ ਰਹੇ ਨੇ, ਇਸ ਬਿਲਡਿੰਗ ਦੀ ਜਿਹੜੀ ਨਵੀਂ ਕੀਤੀ ਗਈ ਹੈ ਕਾਰ ਸੇਵਾ, ਉਸ ਦੇ ਮੁਤਾਬਿਕ ਜਿਹੜਾ ਦੱਸੋ ਜੀ। ਇਹ ਫਿਰ ਇਸ ਜਗ੍ਹਾ ਤੇ ਮਹਾਰਾਜ ਜੀ ਜਿੱਥੇ ਆ ਕੇ ਜਿਹੜਾ ਲੰਗਰ ਘਰੋਂ ਲਿਆਉਂਦੇ ਸਨ, ਇੱਥੇ ਲਿਆ ਕੇ ਉਹ ਬੱਚਿਆਂ ਵਿੱਚ ਤਕਸੀਮ ਘਰ ਬਣ ਦਿੰਦੇ ਸਨ। ਅਤੇ ਫਿਰ ਇਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਕੌਤਕਾਂ ਨੂੰ ਰਾਏ ਬੁਲਾਰ ਜੀ ਵੀ ਦੇਖਦੇ ਸਨ। ਅਤੇ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਔਰ ਗੁਰੂ ਅਰਜਨ ਦੇ ਪਿਤਾ ਜੀ ਵੀ ਆਏ, ਅਤੇ ਉਹਨਾਂ ਨੇ ਵੀ ਇਸ ਜਗ੍ਹਾ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਦੱਸੀ ਜਣਾਈਆਂ। ਅਤੇ ਦੀਵਾਨ ਕੌੜਾ ਮੱਲ ਨੇ ਸੰਨ 1746 ਵਿੱਚ ਜਿਹੜਾ ਹੈ ਇੱਥੇ ਗੁਰਸਥਾਨ ਬਣਾਇਆ, ਜਦੋਂ ਉਹਨੇ ਕਸੂਰ ਨੂੰ ਫਤਿਹ ਕੀਤਾ। ਅਤੇ ਦੀਵਾਨ ਕੌੜਾ ਮੱਲ ਨੂੰ ਫਿਰ ਸਿੱਖ ਪੰਥ ਨੇ ਮਿੱਠਾ ਮੱਲ ਦਾ ਵੀ ਖਿਤਾਬ ਦਿੱਤਾ। 1947 ਦੀ ਵੰਡ ਤੋਂ ਪਹਿਲਾਂ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਚਾਰ ਦੀਵਾਰੀ ਦੀ ਸੇਵਾ, ਇੱਥੇ ਸਰੋਵਰ ਦੇ ਪੌੜਾਂ ਦੀ ਸੇਵਾ, ਇਹ ਜਿਹੜੀ ਹੈ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਜਿਹੜੀ ਕਰਵਾਈ ਸੀ। ਅਤੇ ਉਸ ਤੋਂ ਬਾਅਦ ਪਾਰਟੀਸ਼ਨ ਤੋਂ ਬਾਅਦ ਗੁਰਦੁਆਰਾ ਸਾਹਿਬ ਸਿੱਖਾਂ ਦੀ ਤਾਦਾਦ ਨਾ ਹੋਣ ਕਰਕੇ ਮਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਨਹੀਂ ਹੋਇਆ। ਫਿਰ ਨਨਕਾਣਾ ਸਾਹਿਬ ਦੀਆਂ ਬੇਨਤੀਆਂ ਨੂੰ ਜਾਂ ਖਾਲਸਾ ਪੰਥ ਦੀਆਂ ਅਰਦਾਸਾਂ ਨੂੰ ਸੁਣਦਿਆਂ ਹੋਇਆਂ ਅਤੇ ਮਹਾਰਾਜ ਜੀ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਫਿਰ ਇਸ ਸਥਾਨ 'ਤੇ ਪ੍ਰਕਾਸ਼ ਮਹਾਰਾਜ ਜੀ ਹੋਏ, ਸੰਗਤਾਂ ਨੂੰ ਸਵੇਰੇ ਸ਼ਾਮ ਦਰਸ਼ਨ ਦੇਣ ਲੱਗੇ। ਫਿਰ ਗੁਰਦੁਆਰਾ ਗੁਰੂ ਕਾ ਬਾਗ ਅੰਮ੍ਰਿਤਸਰ ਦੇ ਬਾਬਾ ਲੱਖਾ ਸਿੰਘ ਜੀ ਅਤੇ ਕਾਰ ਸੇਵਾ ਕਮੇਟੀ UK ਦੇ ਸਹਿਯੋਗ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਬਿਲਡਿੰਗ ਜਿਹੜੀ ਹੈ ਉਹਦੀ ਨਵ ਉਸਾਰੀ ਕੀਤੀ ਗਈ, ਕਿਉਂਕਿ ਪੁਰਾਣੀ ਬਿਲਡਿੰਗ ਵੀ ਕੁਛ ਕਾਫੀ ਖਰਾਬ ਹੋ ਚੁੱਕੀ ਸੀ। ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਉਣ ਵਾਲੀਆਂ ਸੰਗਤਾਂ ਦੇ ਲਈ ਲੰਗਰ ਦੇ ਬੈਠਣ ਲਈ ਪ੍ਰਬੰਧ ਦੀਆਂ ਜ਼ਰੂਰਤਾਂ ਸਨ। ਇਸ ਕਰਕੇ ਇਹ ਫਿਰ ਨਵਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਹੈ ਇਮਾਰਤ ਦੀ ਉਸਾਰੀ ਕੀਤੀ ਗਈ। ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਜਦੋਂ ਇਸ ਨਵੇਂ ਬਿਲਡਿੰਗ ਦੀ ਉਸਾਰੀ ਹੋ ਰਹੀ ਸੀ, ਇਸ ਦੇ ਨਾਲ ਹੀ ਇੱਕ ਕਮਰਾ ਜਿਹੜਾ ਅਲੱਗ ਹਾਲ ਬਣਾਇਆ ਗਿਆ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਗਿਆ। ਸਾਹਿਬ ਜੀ ਉਸੇ ਤਰ੍ਹਾਂ ਇਸ ਗੁਰਦੁਆਰੇ ਦੀ ਸੇਵਾ ਦੀ ਚੱਲ ਰਹੀ ਸੇਵਾ ਦੇ ਦੀ ਵੀ ਨਿਗਰਾਨੀ ਕਰਦੇ ਰਹੇ ਔਰ ਸੰਗਤ ਨੂੰ ਵੀ ਸਵੇਰੇ ਸ਼ਾਮ ਦਰਸ਼ਨ ਦਿੰਦੇ ਰਹੇ। ਅਤੇ ਇਸ ਸਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਿਰ ਇਸ ਨਵੀਂ ਇਮਾਰਤ ਵਿੱਚ ਆਪ ਜੀ ਸੁਸ਼ੋਭਿਤ ਹੋ ਗਏ ਨੇ, ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ। ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਵਿੱਚ ਦੀਵਾਨ ਸਜਦੇ ਨੇ, ਬੱਚੇ ਕੀਰਤਨ ਦੀ ਸੇਵਾ ਨਿਭਾਉਂਦੇ ਨੇ, ਇਸੇ ਤਰ੍ਹਾਂ ਜਿਹੜੇ ਗੁਰਪੁਰਬ ਨੇ ਉਹ ਵੀ ਇਸ ਜਗ੍ਹਾ ਦੇ ਉੱਤੇ ਵੀ ਕੁਛ ਗੁਰਪੁਰਬ ਜਿਹੜੇ ਨੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਜਾਂ ਗੁਰਤਾ ਗੱਦੀ ਦਿਵਸ ਇਸ ਗੁਰਦੁਆਰਾ ਸਾਹਿਬ ਵਿੱਚ ਵੀ ਮਨਾਏ ਜਾਂਦੇ ਨੇ, ਕਿਉਂਕਿ ਨਨਕਾਣਾ ਸਾਹਿਬ ਦੇ ਜਿਹੜੇ ਵੱਖ ਵੱਖ ਗੁਰਦੁਆਰਿਆਂ ਦੇ ਵਿੱਚ ਗੁਰੂ ਸਾਹਿਬ ਦੇ, ਕਿਉਂਕਿ ਜਿਹੜੇ ਸਾਡੇ ਸਿੱਖ ਫੈਸਟੀਵਲਸ ਨੇ ਜਾਂ ਸ਼ਹੀਦੀ ਦਿਹਾੜੇ ਨੇ, ਉਹਨਾਂ ਨੂੰ ਅਲੱਗ ਅਲੱਗ ਗੁਰਦੁਆਰਿਆਂ ਵਿੱਚ ਨੌਜਵਾਨ ਔਰ ਨਨਕਾਣਾ ਸਾਹਿਬ ਦੀਆਂ ਸੰਗਤਾਂ ਰਲ ਮਿਲ ਕੇ ਜਿਹੜੀਆਂ ਨੇ ਮਨਾਉਂਦੀਆਂ ਨੇ। ਅਤੇ ਨਵੰਬਰ ਦੇ ਵਿੱਚ ਜਾਂ ਵਿਸਾਖੀ 'ਤੇ ਆਉਣ ਵਾਲੀਆਂ ਸੰਗਤਾਂ ਵੀ ਇਹਨਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਭਾਗਾਂ ਨੂੰ ਜਿਹੜਾ ਹੈ ਉਹ ਜਗਾਉਂਦੀਆਂ ਨੇ, ਭਾਗਾਂ ਨੂੰ ਜਗਾਉਂਦੀਆਂ ਨੇ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਸਾਨੂੰ ਇਸ ਜਗ੍ਹਾ ਦੇ ਉੱਤੇ ਬੈਠ ਕੇ ਇਹ ਉਪਦੇਸ਼ ਸਮਝਾਇਆ ਕਿ ਬਚਪਨ ਦੇ ਵਿੱਚ ਹੀ ਜਿਹੜਾ ਹੈ ਬੱਚਾ ਬਹੁਤ ਕੁਛ ਕਰ ਸਕਦਾ ਹੈ। ਮਾਤਾ ਤ੍ਰਿਪਤਾ ਜੀ ਦੇ ਬਣਾਏ ਹੋਏ ਲੰਗਰ ਨੂੰ ਲਿਆ ਕੇ ਗੁਰੂ ਨਾਨਕ ਸਾਹਿਬ ਜੀ ਇੱਥੇ ਤਕਸੀਮ ਕਰਨਾ ਸ਼ੁਰੂ ਕਰਨਾ ਪਏ। ਉਹਨਾਂ ਦੇ ਬੱਚਿਆਂ ਦੀਆਂ ਮਾਵਾਂ ਇਸ ਗੱਲ ਨੂੰ ਦੇਖ ਕੇ ਵੀ ਹੈਰਾਨ ਸਨ, ਉਹਨਾਂ ਦੇ ਪਿਤਾ ਵੀ ਹੈਰਾਨ ਸਨ ਕਿ ਬੱਚੇ ਇਤਨਾ ਸ਼ਰਾਰਤਾਂ ਤੋਂ ਹਟਦੇ ਨਹੀਂ, ਕਿਵੇਂ ਹਟ ਗਏ। ਔਰ ਰਾਏ ਬੁਲਾਰ ਜੀ ਜਦੋਂ ਵੀ ਇੱਧਰੋਂ ਗੁਜ਼ਰੇ, ਰਾਏ ਬੁਲਾਰ ਨੇ ਦੇਖਿਆ ਕਿ ਰਾਏ ਪੁੱਜ ਦੀ ਤਲਵੰਡੀ ਦਾ ਬੱਚਾ, ਜਵਾਨ, ਬਜ਼ੁਰਗ, ਹਰ ਇੱਕ ਬਾਲ ਗੁਰੂ ਨਾਨਕ ਜੀ ਦੇ ਕੋਲ ਬੈਠ ਕੇ ਅਤੇ ਰੱਬੀ ਰਮਜ਼ਾਨ ਨੂੰ ਸਮਝਣ ਦੀਆਂ ਕੋਸ਼ਿਸ਼ਾਂ ਕਰਦੇ ਸਨ। ਅਤੇ ਜਿਸ ਜਗ੍ਹਾ 'ਤੇ ਮਹਾਰਾਜ ਜੀ ਬੈਠਦੇ ਸਨ ਉੱਥੇ ਇੱਕ ਜੋਹੜ ਸੀ, ਛੋਟਾ ਜਿਹਾ ਤਲਾਅ ਸੀ, ਜਿਸ ਨੂੰ ਫਿਰ ਬਾਅਦ ਵਿੱਚ ਸਰੋਵਰ ਦਾ ਨਾਮ ਦਿੱਤਾ ਗਿਆ। ਇਹ ਵੀ ਰਾਏ ਬੁਲਾਰ ਜੀ ਨੇ ਹੀ ਬਣਾਇਆ ਹੋਇਆ ਸਿੱਖ ਧਰਮ ਦਾ ਪਹਿਲਾ ਸਰੋਵਰ ਹੈ, ਜਿਸ ਨੂੰ ਨਾਨਕਸਰ ਸਰੋਵਰ ਦੇ ਨਾਮ ਦੇ ਨਾਲ ਵੀ ਯਾਦ ਕੀਤਾ ਜਾਂਦਾ ਹੈ। ਅੱਜ ਚਾਹੇ ਉਹ ਸਰੋਵਰ ਸੁੱਕਾ ਪਿਆ ਹੈ, ਲੇਕਿਨ ਉਹ ਸੁੱਕਾ ਸਰੋਵਰ ਵੀ ਗੁਰੂ ਨਾਨਕ ਸਾਹਿਬ ਦੀਆਂ ਬਹੁਤ ਸਾਰੀਆਂ ਅਮਿੱਟ ਯਾਦਾਂ ਅੱਜ ਵੀ ਸਾਨੂੰ ਯਾਦ ਦਿਲਾਉਂਦਾ ਹੈ। ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਇਹੀ ਅਰਦਾਸ ਕਰਦਾ ਹੈ ਕਿ ਸੁੱਕੇ ਸਰੋਵਰ ਫਿਰ ਦੁਬਾਰਾ ਹਰੇ ਭਰੇ ਹੋਣਗੇ, ਜੇ ਖਾਲਸਾ ਗੁਰੂ ਸਾਹਿਬ ਦੇ ਦੱਸੇ ਹੋਏ ਸਿਧਾਂਤਾਂ 'ਤੇ ਚੱਲ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ। ਇਹ ਦੁਬਧਾ ਨੂੰ ਦੂਰ ਕਰਕੇ ਨਾਮ ਦੀ ਜਿਹੜੀ ਹੈ ਅਭਿਆਸ ਦੇ ਵਿੱਚ ਜਿਹੜਾ ਜੁੜ ਜਾਏਗਾ। ਇਸੇ ਤਰ੍ਹਾਂ ਹੀ ਮਹਾਰਾਜ ਜੀ ਦੀ ਜਨਮ ਸਾਖੀਆਂ 'ਚ ਇੱਕ ਸਾਖੀ ਆਉਂਦੀ ਹੈ
ਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਮਹਾਰਾਜ ਜੀ ਬੱਚਿਆਂ ਨਾਲ ਬੈਠੇ ਸਨ ਅਤੇ ਬੱਚਿਆਂ ਨੇ ਫਿਰ ਇੱਕ ਬੱਚਾ ਉੱਠ ਕੇ ਜਾਣ ਲੱਗਾ, ਸਾਹਿਬ ਨੇ ਕਿਹਾ ਵੀ ਤੂੰ ਕਿੱਥੇ ਚੱਲਣਾ, ਕਹਿਣ ਲੱਗਾ ਜੀ ਮੈਨੂੰ ਭੁੱਖ ਲੱਗੀ ਹੈ। ਗੁਰੂ ਨਾਨਕ ਜੀ ਨੇ ਉੱਥੋਂ ਮਿੱਟੀ ਦੇ ਲੱਡੂ ਬਣਾਏ ਅਤੇ ਲੱਡੂ ਬਣਾ ਕੇ ਉਹਨੂੰ ਕਹਿਣ ਲੱਗੇ ਆਹ ਲੈ ਤੂੰ ਆਹ ਖਾ ਲੈ। ਉਹ ਕਹਿਣ ਲੱਗਾ ਜੀ ਮਿੱਟੀ ਦੇ ਲੱਡੂ ਵੀ ਕੋਈ ਖਾਂਦਾ, ਮੈਨੂੰ ਇੰਨਾ ਤਾਂ ਨਹੀਂ ਕਿ ਮੈਂ ਤੁਹਾਡੀਆਂ ਗੱਲਾਂ 'ਚ ਆ ਜਾਵਾਂ। ਲੇਕਿਨ ਦੂਸਰੇ ਬੱਚੇ ਨੇ ਕਿਹਾ, ਮਹਾਰਾਜ ਜੀ ਨੇ ਉਹਦੇ ਹੱਥ 'ਚ ਲੱਡੂ ਰੱਖਿਆ, ਉਹਨੇ ਮੂੰਹ 'ਚ ਪਾਇਆ ਅਤੇ ਬਿਲਕੁਲ ਐਂ ਸ਼ੱਕਰ ਵਰਗਾ ਮਿੱਠਾ ਸੀ। ਅਤੇ ਨਾਨਕ ਦਾਸ ਮੁੱਖ 'ਤੇ ਜੋ ਬੋਲੇ ਈ ਹਾਂ ਊਹਾਂ ਸੱਚ ਹੋਵੇ, ਉਹ ਸੱਚ ਹੋਣਾ ਹੀ ਹੋਣਾ ਸੀ। ਅਤੇ ਜਦੋਂ ਇੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਨਾ, ਮੈਂ ਉਹਨਾਂ ਦਿਨਾਂ ਦੀ ਆਪ ਜੀ ਨੂੰ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਉਸ ਵੇਲੇ ਮਹਾਰਾਜ ਜੀ ਦਾ ਸ਼ਾਮ ਨੂੰ ਸੁਖਾਸਨ ਹੋਣ ਵਾਲਾ ਸੀ। ਇੱਥੇ ਬਾਹਰ ਗੁਰਦੁਆਰਾ ਸਾਹਿਬ ਦੇ ਬਾਹਰ ਬਿਲਕੁਲ ਹਨੇਰਾ ਹੁੰਦਾ ਸੀ, ਉਸ ਲਈ ਇੰਨਾ ਨਹੀਂ ਸੀਗਾ ਇੰਤਜ਼ਾਮ। ਅਤੇ ਮੈਂ ਦੇਖ ਧਿਆਨ ਰੱਖ ਰਿਹਾ ਸੀ ਗੇਟ ਦੇ ਬਾਹਰ, ਇਸ ਜਿੱਥੇ ਅਸੀਂ ਪੌੜੀਆਂ ਚੜ੍ਹ ਕੇ ਆਏ ਹਾਂ, ਛੋਟੀ ਜਿਹੀ ਬੱਚੀ ਇੱਕ ਉੱਥੇ ਬਾਹਰ ਖੇਡਦੀ ਪਈ ਸੀ। ਮੈਂ ਸੁਖਾਸਨ ਕਰਕੇ ਅਤੇ ਦੌੜਿਆਂ ਬਾਹਰ ਗਿਆ, ਮੈਂ ਕਿਹਾ ਉਹਨੂੰ ਮੈਂ ਸਮਝਾਵਾਂ ਕਿ ਬੇਟਾ ਅੰਦਰ ਬੈਠਣਾ ਚਾਹੀਦਾ। ਜਦੋਂ ਮੈਂ ਦੇਖਿਆ ਤਾਂ ਉਹ ਬੱਚੀ ਛੋਟੇ ਛੋਟੇ ਲੱਡੂ ਜਿਹੜੀ ਆ ਨਾ ਉਹ ਬਣਾ ਰਹੀ ਸੀ ਰੇਤ ਦੇ। ਅਤੇ ਜਾਂਦੇ ਆ ਜਦੋਂ ਮੈਂ ਉਹਨੂੰ ਦੇਖਿਆ, ਉਹਨੂੰ ਮੈਂ ਕਿਹਾ ਵੀ ਤੂੰ ਬੇਟਾ ਇੱਥੇ ਨਹੀਂ ਖੇਡਣਾ ਚਾਹੀਦਾ, ਅੰਦਰ ਬੈਠਣਾ ਚਾਹੀਦਾ। ਉਸ ਬੱਚੀ ਨੇ ਇੱਕੋ ਦਮ ਜਿਹੜਾ ਨਾ ਰੇਤ ਦੇ ਹੱਥ ਮਾਰਿਆ ਅਤੇ ਉਹ ਲੱਡੂ ਸਾਰੇ ਢਾਹ ਤੇ। ਲੇਕਿਨ ਮੇਰੇ ਦਮ 'ਚ ਇੱਕੋ ਆ ਗਿਆ ਕਿ ਜੇ ਇਹਨੂੰ ਮੈਂ ਨਾ ਕਰਨਾ ਤਾਂ ਮੈਂ ਲੱਡੂ ਚੁੱਕ ਕੇ ਖਾ ਲੈਂਦਾ ਅਤੇ ਅੱਜ ਲੱਡੂ ਮਿੱਠੇ ਹੋਣਾ ਸੀ, ਅੱਜ ਮੇਰੀ ਕਿਸਮਤ ਵੀ ਜਾਗ ਜਾਣੀ ਸੀ। ਅਤੇ ਇਸੇ ਤਰ੍ਹਾਂ ਹੀ ਸਾਡੇ ਆਪ ਜੀ ਬਾਹਰੋਂ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ, ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਘਰ ਹੈ, ਇੱਥੇ ਸਾਡੇ ਮੁਸਲਮਾਨ ਭਰਾ ਰਹਿੰਦੇ ਨੇ। ਪਾਰਟੀਸ਼ਨ ਤੋਂ ਪਹਿਲਾਂ ਦੇ ਹੀ ਇੱਥੇ ਇਹਨਾਂ ਦਾ ਜਦੋਂ ਮਹਾਰਾਜ ਜੀ ਦਾ ਇੱਥੇ ਪ੍ਰਕਾਸ਼ ਹੋਇਆ ਤੇ ਇਹਨਾਂ ਨੇ ਜਿਹੜੇ ਕਰਦੇ ਨੇ, ਇੱਥੇ ਪਹਿਲਾਂ ਉੱਤੇ ਚੁਬਾਰਾ ਹੁੰਦਾ ਸੀ, ਜਿਵੇਂ ਆਹ ਪੁਰਾਣਾ ਚੁਬਾਰਾ ਹੈ ਨਾ, ਇਸ ਸਾਈਡ ਦੇ ਉੱਤੇ ਚੁਬਾਰਾ ਆਹ ਵਾਲਾ ਚੁਬਾਰਾ, ਜਿਵੇਂ ਇਸ ਤਰ੍ਹਾਂ ਹੀ ਇੱਥੇ ਵੀ ਪੁਰਾਣਾ ਚੁਬਾਰਾ ਹੁੰਦਾ ਸੀ ਇਸ ਦੇ ਉੱਤੇ, ਉਹ ਹੁਣ ਢਹਿ ਗਿਆ ਸੀ, ਉਹਨਾਂ ਨੇ ਢਾਹ ਦਿੱਤਾ। ਇਹ ਮੈਨੂੰ ਕਹਿਣ ਲੱਗੇ ਜੀ ਇਹ ਜਿਹੜੀ ਗੁਰਦੁਆਰਾ ਸਾਹਿਬ ਦੀ ਜਿਹੜੀ ਦੀਵਾਰ ਹੈ ਨਾ ਸਾਡੇ ਨਾਲ, ਅਸੀਂ ਇਹਦੇ ਅੰਦਰ ਬੰਨਦੇ ਸਨ ਡੰਗਰ ਅਤੇ ਪਿਸ਼ਾਬ ਗੋਇਆ ਸਾਰਾ ਗੁਰਦੁਆਰਾ ਸਾਹਿਬ ਆਉਂਦਾ ਸੀ। ਇੱਥੇ ਕਦੀ ਕੋਈ ਬਾਹਰੋਂ ਸੰਗਤਾਂ ਆਉਂਦੀਆਂ ਸੀ, ਕਿਸੇ ਨੇ ਕਹਿਣਾ ਵੀ ਤੁਸੀਂ ਇੱਧਰ ਨਾ ਇੱਧਰ ਗੁਰਦੁਆਰੇ ਵਾਲੇ ਪਾਸੇ ਰੁੜਿਆ ਕਰੋ, ਲੇਕਿਨ ਅਸੀਂ ਨਹੀਂ ਸੁਣਦੇ ਸੀ। ਅਸੀਂ ਕਹਿੰਦੇ ਸੀ ਵੀ ਨਹੀਂ, ਵੀ ਅਸੀਂ ਪਾਰਟੀਸ਼ਨ ਤੋਂ ਪਹਿਲਾਂ ਇੱਦਾਂ ਹੀ ਕਰਦੇ ਇੱਦਾਂ ਹੀ ਕਰਦੇ ਰਹਾਂਗੇ। ਕਹਿੰਦਾ ਮੇਰਾ ਛੋਟਾ ਜਿਹਾ ਬੱਚਾ 3-4 ਸਾਲ ਦਾ ਆਪਣੀ ਮਾਂ ਦੇ ਨਾਲ ਛੱਤ 'ਤੇ ਚੜ੍ਹਿਆ ਸੀ, ਇਹਦੇ ਥੱਲੇ ਸਾਰੇ ਇੱਥੇ ਪਹਿਲਾਂ ਪੱਥਰ ਹੁੰਦੇ ਸਨ, ਇਸ ਥੱਲੇ ਕੱਚੀ ਜਗ੍ਹਾ, ਹਾਂ ਰੋਡ ਸੀ, ਇੱਥੇ ਵਣ ਦੇ ਦਰਖਤ ਹੁੰਦੇ ਸਨ। ਕਹਿੰਦਾ ਆਪਣੀ ਮਾਂ ਨਾ ਉੱਪਰ ਮਾਂ ਚੁਬਾਰੇ 'ਤੇ ਚੜ੍ਹੀ, ਉਹ ਮੁੰਡਾ ਉੱਪਰੋਂ ਥੱਲੇ ਡਿੱਗ ਗਿਆ। ਮੈਂ ਕੰਧ ਟੱਪ ਕੇ ਦੌੜ ਕੇ ਆਇਆ ਵੀ ਲੈ ਸਾਡਾ ਮੁੰਡੇ ਦਾ ਮਰ ਗਿਆ ਹੋਣਾ, ਐਡੀ ਉੱਚੀ ਹਾਈਟ ਤੋਂ ਥੱਲੇ ਡਿੱਗ ਗਿਆ। ਕਹਿੰਦਾ ਲੇਕਿਨ ਜਦੋਂ ਥੱਲੇ ਆਇਆ ਤਾਂ ਬੱਚਾ ਖੜ੍ਹਾ ਸੀ, ਮੈਂ ਬੱਚੇ ਨੂੰ ਚੁੱਕਿਆ ਅਤੇ ਚੁੱਕਿਆ ਸੀ ਹੋਸਪਿਟਲ ਲੈ ਕੇ ਬੱਚੇ ਨੂੰ, ਜਦੋਂ ਉਹਨੂੰ ਹੋਸ਼ ਸੀ ਮੈਂ ਉਹਨੂੰ ਪੁੱਛਿਆ ਕਿ ਤੈਨੂੰ ਸੱਟਾਂ ਕਿੱਥੇ ਲੱਗੀਆਂ। ਉਹ ਕਹਿੰਦਾ ਵੀ ਅੱਬੂ ਮੈਨੂੰ ਤਾਂ ਸੱਟ ਲੱਗੀ ਕੋਈ ਨਹੀਂ। ਜਦੋਂ ਮੈਂ ਉੱਪਰ ਥੱਲੇ ਲੈ ਗਿਆ, ਥੱਲੇ ਇੱਕ ਚਿੱਟੇ ਕੱਪੜਿਆਂ 'ਚ ਇੱਕ ਬਾਬਾ ਖੜ੍ਹਾ ਸੀ, ਉਹਨੇ ਮੈਨੂੰ ਚੁੱਕ ਕੇ ਅਤੇ ਇੱਧਰ ਖੜ੍ਹਾ ਕਰਤਾ। ਕਹਿੰਦਾ ਸਰਦਾਰ ਜੀ ਉਸ ਦਿਨ ਮੇਰੇ ਅੱਬੂ ਨੇ ਕਿਹਾ ਕਿ ਇਸ ਦੀਵਾਰ ਨੂੰ ਜਿਹੜੀ ਹੈ ਪਿੱਛੇ ਕਰ ਲਓ। ਅਸੀਂ ਦੀਵਾਰ 4 ਇੰਚ ਪਿੱਛੇ ਕਰ ਲਈ ਔਰ ਡੰਗਰਾਂ ਦੀ ਉਹਨਾਂ ਦੀ ਹਵੇਲੀ ਉਹ ਸਾਹਮਣੇ ਪਰਲੀ ਤਰਫ ਹੈ ਅੱਜ ਕੱਲ੍ਹ। ਉਹ ਕਹਿੰਦਾ ਮੇਰਾ ਅੱਜ ਵੀ ਇੰਨਾ ਯਕੀਨ ਹੈ ਇਸ ਗੁਰਦੁਆਰੇ ਦੀ, ਜਦੋਂ ਅਸੀਂ ਇਮਾਰਤ ਬਣ ਰਹੀ ਸੀ ਨਾ, ਉਹ ਕਹਿੰਦਾ ਸੀ ਅੱਜ ਵੀ ਜੇ ਕੋਈ ਬੰਦਾ ਮਿਸਤਰੀ ਥੱਲੇ ਡਿੱਗ ਜਾਵੇ ਉਹਨੂੰ ਝੀਟ ਵੀ ਆ ਜਾਵੇ ਮੈਂ ਗਰੰਟੀ ਦਿੰਦਾ। ਕਹਿੰਦਾ ਇੱਥੇ ਕੁਛ ਵੀ ਨਹੀਂ ਹੋ ਸਕਦਾ, ਸਾਡੇ ਕੋਲ ਜਿੰਨੇ ਮਸਲੇ ਮਸਾਇਲ ਹੁੰਦੇ ਨੇ ਅਸੀਂ ਅੱਜ ਵੀ ਬਾਬਾ ਜੀ ਨੂੰ ਕਹਿੰਦੇ ਹਾਂ। ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜਦੋਂ ਇੱਥੇ ਵਣ ਦੇ ਦਰਖਤ ਵਗੈਰਾ ਡਿੱਗ ਗਏ ਜਾਂ ਨਵੀਂ ਉਸਾਰੀ ਹੋਈ, ਅਤੇ ਜੇ ਕਿਸੇ ਨੂੰ ਕਹਿੰਦੇ ਸਨ ਗੁਰਦੁਆਰਾ ਸਾਹਿਬ ਦੀ ਲੱਕੜ ਲੈ ਜਾਓ ਤੁਹਾਨੂੰ ਜਲਾਉਣ ਨਹੀਂ, ਲੋਕ ਕਹਿੰਦੇ ਸਨ ਨਹੀਂ ਬਾਬਾ ਜੀ ਦੇ ਘਰ ਦੀ ਅਸੀਂ ਚੀਜ਼ ਨਹੀਂ ਲੈ ਕੇ ਜਾਣੀ, ਅਸੀਂ ਜੇ ਦੇਣ ਜੋਗੇ ਨਹੀਂ ਤਾਂ ਲੈ ਕੇ ਕਿਵੇਂ ਜਾਵਾਂਗੇ। ਅਤੇ ਬਾਲੀਲਾ ਮਹੱਲੇ ਦੇ ਵਿੱਚ ਰਹਿਣ ਵਾਲੇ ਸਾਡੇ ਮੁਸਲਮਾਨ ਭਰਾ ਜਦੋਂ ਵੀ ਸਾਡਾ ਗੁਰਦੁਆਰਾ ਸਾਹਿਬ ਫੰਕਸ਼ਨ ਹੁੰਦਾ ਹੈ, ਜਦੋਂ ਸੰਗਤਾਂ ਆਉਂਦੀਆਂ ਨੇ ਬੜਾ ਕੋਆਪਰੇਟ ਕਰਦੀਆਂ ਨੇ, ਆਏ ਗਏ ਲੋਕਾਂ ਲਈ ਚਾਹ ਪਾਣੀ ਦਾ ਬੰਦੋਬਸਤ ਹੋਰ ਬੜਾ ਪਿਆਰ ਇਸ ਤਰ੍ਹਾਂ ਦਾ, ਤਾਂ ਕਿ ਜਿਹੜੀ ਹੈ ਇੱਕ ਜੋ ਇੰਟਰਫੇਅਰ ਹਾਰਮਨੀ ਰਾਏ ਬੁਲਾਰ ਜੀ ਨੇ, ਗੁਰੂ ਨਾਨਕ ਜੀ ਨੇ, ਭਾਈ ਮਰਦਾਨਾ ਜੀ ਨੇ, ਦੌਲਤਾਂ ਦਾਈ ਨੇ, ਸਸਾਈ ਮੀਆਂ ਮੀਰ ਜੀ ਨੇ ਜਿਹੜੀ ਰੱਖੀ, ਅੱਜ ਵੀ ਲੋਕਾਂ ਦੇ ਅੰਦਰ ਇਹ ਰਾਏ ਭੋਜ ਦੀ ਤਲਵੰਡੀ ਦੀ ਇਸ ਬਾਲੀਲਾ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਹਵਾਵਾਂ ਨੇ ਅੱਜ ਵੀ ਲੋਕਾਂ ਦੇ ਵਿੱਚ ਅੰਦਰ ਪਿਆਰ ਅਤੇ ਮੁਹੱਬਤ ਜਿਹੜੀਆਂ ਨੇ ਉਹ ਬਣਦੀਆਂ ਪਈਆਂ ਨੇ। ਬਹੁਤ ਸ਼ੁਕਰੀਆ ਵੀਰ ਜੀ। ਔਰ ਵੀਰ ਨਿਸ਼ਾਨ ਸਿੰਘ ਜੀ, ਤੁਸੀਂ ਇੱਥੇ ਆਏ, ਤੁਸੀਂ ਕਿੱਦਾਂ ਦਾ ਫੀਲ ਕਰ ਰਹੇ ਹੋ ਜੀ? ਔਰ ਸਭ ਤੋਂ ਮਜ਼ੇਦਾਰ ਜਿਹੜੀ ਗੱਲ ਹੈ ਕਿ ਇਸ ਜਗ੍ਹਾ ਦੇ ਉੱਤੇ ਸਪੈਸ਼ਲੀ ਤੁਸੀਂ ਜਿਹੜੀ ਜਗ੍ਹਾ 'ਤੇ ਆ ਕੇ ਖਲੋਤੇ ਹੋਏ ਹੋ, ਬਾਬਾ ਜੀ ਦਾ ਇਤਿਹਾਸ ਹੈ, ਉਹਨਾਂ ਦਾ ਬਚਪਨ ਹੈ, ਉਸ ਚੀਜ਼ ਦੇ ਬਾਰੇ ਨੂੰ ਲੈ ਕੇ ਤੁਸੀਂ ਕਿੰਨਾ ਕੁ ਇਮੋਸ਼ਨਲ ਹੋਏ ਹੋਏ ਹੋ ਇਸ ਵੇਲੇ? ਆਪਾਂ ਨਾਲ ਨਾਲ ਸੰਗਤ ਨੂੰ ਦਰਸ਼ਨ ਕਰਾ ਦਈਏ, ਕਾਫੀ ਲੰਬੀ ਹੋ ਗਈ ਵੀਡੀਓ। ਭਾਈ ਸਾਹਿਬ ਨੇ ਸ਼ੁਕਰ ਹੈ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਭਾਈ ਸਾਹਿਬ ਨਾਲ ਮਿਲਾਇਆ, ਅਤੇ ਭਾਈ ਸਾਹਿਬ ਜੀ ਨੇ ਬਹੁਤ ਹੀ ਡਿਟੇਲ 'ਚ ਆਪਾਂ ਨੂੰ ਇਤਿਹਾਸ ਸੁਣਾਇਆ। ਮੈਨੂੰ ਨਹੀਂ ਲੱਗਦਾ ਹੁਣ ਮੇਰੇ ਕੁਛ ਕਹਿਣ ਦੀ ਐਕਚੁਅਲੀ ਜ਼ਰੂਰਤ ਰਹੀ ਹੈ, ਪਰ ਬਾਲ ਲੀਲਾ ਤੋਂ ਮੈਂ ਇੰਨਾ ਕੀ ਜਾਣਦਾ ਸੀ ਕਿ ਗੁਰੂ ਸਾਹਿਬ ਨੇ ਇੱਥੇ ਕੌਤਕ ਕੀਤੇ ਆ, ਪਰ ਹੁਣ ਅਸੀਂ ਉਹ ਕੌਤਕ ਸੁਣੇ ਜਿਹੜੇ ਗੁਰੂ ਸਾਹਿਬ ਨੇ ਉਦੋਂ ਕੀਤੇ ਸੀਗੇ ਅਤੇ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਵੀ ਹੋਏ
ਅਤੇ ਉਹਨਾਂ ਦੇ ਕੌਤਕ ਅੱਜ ਵੀ ਇੱਥੇ ਵਰਤ ਰਹੇ ਹਨ। ਬਹੁਤ ਹੀ ਸੋਹਣਾ ਸਥਾਨ ਹੈ, ਸਰੋਵਰ ਬਹੁਤ ਵੱਡਾ ਹੈ ਔਰ ਬੜਾ ਵਧੀਆ ਤਰੀਕੇ ਨਾਲ ਬਣਿਆ ਹੋਇਆ ਹੈ। ਹਾਂ, ਸੁੱਕਾ ਪਿਆ ਹੈ, ਗੁਰੂ ਸਾਹਿਬ ਕਿਰਪਾ ਕਰਨ, ਸਮਾਂ ਆਏ ਇਹਦੇ ਵਿੱਚ ਵੀ ਜਲ ਹੋਵੇ, ਸੰਗਤਾਂ ਇਸ਼ਨਾਨ ਕਰਨ। ਜੰਡ ਨੇ ਦੱਸੋ ਜੀ, ਜੰਡਾਂ ਦਾ ਜਿਹੜਾ ਕਿਹਾ ਉਹ ਜੰਡ ਖਲੋਤੇ ਹੋਏ, ਉਹ ਜੰਡ, ਹਾਂਜੀ, ਦੋ ਤੇ ਉੱਧਰ ਹੈਗੇ ਆ, ਉਹ ਪਿੱਪਲ ਆ ਜੀ, ਹਾਂਜੀ, ਇੱਧਰ ਵੀ ਜੰਡ ਆ, ਹਾਂਜੀ ਉੱਧਰ ਵੀ ਆ, ਹਾਂਜੀ, ਇਹ ਬੇਰੀਆਂ ਵੀ ਨੇ ਤੇ ਜੰਡ ਵੀ ਨੇ। ਇਸ ਇਲਾਕੇ ਦੀ ਪਹਿਚਾਣ ਹੈ ਜੀ ਕਿ ਇੱਥੇ ਜੰਡ ਜਿਹੜੇ ਨੇ, ਆਹ ਦੇਖੋ ਜੀ, ਗੌਰ ਨਾਲ ਜਿਹੜੀ ਗੱਲ ਕੀਤੀ ਗਈ ਹੈ, ਕੋਈ ਉਹ ਨਹੀਂ ਹੈ ਕਿ ਜੰਡ ਦੇਖੋ ਤੁਸੀਂ ਅੱਜ ਵੀ ਇੱਥੇ ਮੌਜੂਦ ਨੇ। ਬਹੁਤ ਸੋਹਣੀ ਇਮਾਰਤ ਬਣੀ ਹੈ ਜੀ ਨਵੀਂ, ਗੁਰੂ ਸਾਹਿਬ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੁਸ਼ੋਭਿਤ ਆ ਉੱਥੇ। ਅਤੇ ਮੈਂ ਹੁਣ ਬਹੁਤੀ ਲੰਬੀ ਵੀਡੀਓ ਨਹੀਂ ਕਰਨੀ ਚਾਹੁੰਦੇ, ਆਪ ਜੀ ਦੇ ਨਾਲ ਇੰਨਾ ਕੀ ਆ ਕਿ ਚਲੋ ਗੁਰੂ ਸਾਹਿਬ ਨੇ ਸਾਨੂੰ ਦਰਸ਼ਨ ਕਰਾਏ ਅਤੇ ਅਸੀਂ ਆਪ ਜੀ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਆ। ਅਸੀਂ ਤੁਹਾਡੇ ਅੱਗੇ ਹੁਣ ਇਹੀ ਬੇਨਤੀ ਆ ਕਿ ਜ਼ਰੂਰ ਹੋਰ ਸੰਗਤ ਦੇ ਨਾਲ ਸ਼ੇਅਰ ਜ਼ਰੂਰ ਕਰੋ, ਅਤੇ ਅਸੀਂ ਹੋਰ ਵੀ ਹੁਣ ਸਥਾਨਾਂ 'ਤੇ ਜਾਵਾਂਗੇ ਅਤੇ ਤੁਸੀਂ ਔਨਲਾਈਨ ਰਹੋ, ਤੁਹਾਨੂੰ ਨਾਲ ਨਾਲ ਦੂਜੇ ਸਥਾਨਾਂ ਦੇ ਵੀ ਦਰਸ਼ਨ ਕਰਾਵਾਂਗੇ ਜਿੱਥੇ ਜਿੱਥੇ ਗੁਰੂ ਸਾਹਿਬ ਸਾਨੂੰ ਲੈ ਕੇ ਜਾਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ, ਅਤੇ ਸ਼ਾਹਿਦ ਸ਼ਬੀਰ ਭਾਅ ਜੀ ਦਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।